ਹਿਮਾਚਲ ਤੋਂ ਪਾਣੀ ਦੀਆਂ ਭਿਆਨਕ ਤਸਵੀਰਾਂ ਤੋਂ ਬਾਅਦ ਹੁਣ ਪਹਾੜੀ ਖੇਤਰਾਂ ਦੇ ਵਿੱਚ ਹੋਈ ਬਾਰਿਸ਼ ਅਤੇ ਬੱਦਲਾਂ ਦੇ ਫਟਣ ਤੋਂ ਬਾਅਦ ਹੁਣ ਬਿਆਸ ਦੀ ਜੇਕਰ ਗੱਲ ਕਰੀਏ ਤਾਂ ਬਿਆਸ ਦਰਿਆ ਦਾ ਪਾਣੀ ਮੈਦਾਨੀ ਖੇਤਰ ਦੇ ਵਿੱਚ ਵੀ ਜੇਕਰ ਗੱਲ ਕਰੀਏ ਤਾਂ ਵਾਧਾ ਹੋਇਆ ਨਜ਼ਰ ਆ ਰਿਹਾ ਹੈ। ਨਿਊਜ਼ 18 ਦੇ ਉੱਤੇ ਪਹਿਲੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਬਿਆਸ ਦਰਿਆ ਦੇ ਜੇਕਰ ਪਾਣੀ ਦੀ ਗੱਲ ਕਰੀਏ ਤਾਂ ਹੁਣ ਜੋ ਆਮ ਪਾਣੀ ਦਾ ਜਲਸਤਰ ਪਹਿਲਾਂ ਸੀਗਾ ਇੱਥੇ, ਉਹਦੇ ਨਾਲੋਂ ਕਾਫੀ ਪਾਣੀ ਜਿਹੜਾ ਹੈਗਾ ਇੱਥੇ ਵੱਧ ਚੁੱਕਾ ਹੈ ਹੁਣ, ਔਰ ਨਾਲ ਹੀ ਪਾਣੀ ਦਾ ਵਹਾਅ ਜਿਹੜਾ ਹੈਗਾ ਹੈ ਉਹ ਤੇਜ਼ ਜਿਹੜਾ ਹੈਗਾ ਦੇਖਿਆ ਜਾ ਰਿਹਾ। ਔਰ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਪਾਣੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਲਬਾ ਜਿਹੜਾ ਹੈਗਾ ਉਹ ਵੀ ਦਿਖਾਈ ਦੇ ਰਿਹਾ, ਮਲਬੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਇਸ ਦੇ ਵਿੱਚ ਦਿਖਾਈ ਦੇ ਰਹੀਆਂ ਨੇ, ਕਿਉਂਕਿ ਬੱਦਲ ਫਟਣ ਦੀਆਂ ਘਟਨਾਵਾਂ ਜਿਹੜੀਆਂ ਕਿ ਹਿਮਾਚਲ ਦੇ ਵਿੱਚ ਵਾਪਰੀਆਂ ਉਸ ਤੋਂ ਬਾਅਦ ਕਹਿ ਸਕਦੇ ਕਿ ਪਾਣੀ ਕਾਫੀ ਮਾਤਰਾ ਦੇ ਵਿੱਚ ਜਿਹੜਾ ਸੀਗਾ ਉੱਥੇ ਦੇਖਿਆ ਜਾ ਰਿਹਾ ਸੀਗਾ, ਔਰ ਉਸ ਦਾ ਅਸਰ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਹੁਣ ਦੀਆਂ ਤਸਵੀਰਾਂ ਦੀ ਗੱਲ ਕਰਾਂ ਤਾਂ ਇਹ ਅੰਮ੍ਰਿਤਸਰ ਦਿਹਾਤੀ ਅਧੀਨ ਬਿਆਸ ਖੇਤਰ ਦੀਆਂ ਤਸਵੀਰਾਂ ਨੇ, ਜਿੱਥੇ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈਗਾ ਹੁਣ ਪਹਿਲਾਂ ਨਾਲੋਂ ਜਿਹੜਾ ਹੈਗਾ ਇੱਕਦਮ ਅੱਜ ਵਧਿਆ ਹੋਇਆ ਦਰਜ ਕੀਤਾ ਗਿਆ। ਤਾਂ ਮੇਰੇ ਨਾਲ ਇੱਥੇ ਇਰੀਗੇਸ਼ਨ ਵਿਭਾਗ ਦੇ ਗੇਜ ਰੀਡਰ ਮੌਜੂਦ ਨੇ। ਪਹਿਲਾਂ ਸਰ ਕੀ ਨਾਮ ਜੀ ਤੁਹਾਡਾ? ਉਮੇਦ ਸਿੰਘ ਜੀ, ਗੇਜ ਰੀਡਰ। ਉਮੇਦ ਜੀ, ਪਹਿਲਾਂ ਪਾਣੀ ਜਿਹੜਾ ਕੱਲ੍ਹ ਤੱਕ ਸੀਗਾ ਜਾਂ ਫਿਰ ਸਵੇਰ ਤੱਕ ਸੀਗਾ, ਉਸ ਤੋਂ ਕਿੰਨਾ ਕੁ ਫਰਕ ਹੈਗਾ ਪਾਣੀ ਦਾ? ਕਾਫੀ ਜ਼ਿਆਦਾ ਫਰਕ ਪੈ ਗਿਆ ਜੀ। ਹੁਣ ਤੱਕ ਕਿਤੇ ਆਪਣੀ 734.40 ਗਈ ਚੱਲਦੀ ਸੀ, ਜਿਹੜੀ ਹੁਣ ਮੁੱਕ ਦੀ 736.20 ਹੋ ਗਈ ਹੈ, ਜਿਹੜੀ ਮੁੱਕ ਦੀ ਹੁਣ 6 ਵਾਲੀ, ਅਤੇ ਉਹਦੇ ਨਾਲ ਡਿਸਚਾਰਜ ਆਪਣਾ ਬਣ ਜਾਂਦਾ ਹੁਣ 39,338 ਕਿਊਸਕ। ਪਾਣੀ ਵਧੀ ਜਾਂਦਾ ਹਜੇ ਤੱਕ ਵੀ, ਇਹ ਨਹੀਂ ਪਤਾ ਕਿੰਨੀ ਦੇਰ ਤੱਕ ਵਧੂਗਾ ਜਾਂ ਘਟੂਗਾ, ਆਪਾਂ ਤਾਂ ਕੁਛ ਨਹੀਂ ਕਹਿ ਸਕਦੇ, ਪਰ ਹਜੇ ਤੱਕ ਵਧੀ ਹੋ ਜਾਂਦਾ ਜੀ। 34 ਦੇ ਵਿੱਚ ਉਮੇਦ ਜੀ ਕਿੰਨੀ ਗੇਜ਼ ਜਿਹੜੀ ਹੁੰਦੀ ਆ, 34 ਗੇਜ਼ ਦੇ ਵਿੱਚ ਕਿੰਨੇ ਕਿਊਸਿਕ ਪਾਣੀ ਜਿਹੜਾ ਹੈਗਾ ਡਿਸਚਾਰਜ ਹੁੰਦਾ? ਉਸ ਵੇਲੇ 34-20 ਦੇ 34-30 ਦੇ ਹਿਸਾਬ ਨਾਲ ਚੱਲਦਾ ਸੀ ਆਪਣਾ 23,235 ਕਿਊਸਿਕ ਪਾਣੀ, ਠੀਕ ਹੈ, ਅਤੇ ਜਿਹੜਾ ਹੁਣ ਇਸ ਵੇਲੇ 736.20 ਦੇ ਹਿਸਾਬ ਨਾਲ ਬਣ ਗਿਆ ਆਪਣਾ 39,338 ਕਿਊਸਿਕ। ਕਹਿ ਸਕਦੇ ਹਾਂ ਕਿ ਵੱਡਾ ਵਾਧਾ ਇੱਕਦਮ ਜਿਹੜਾ ਹੈਗਾ? ਹਾਂ, ਵਾਧਾ ਇੱਕਦਮ ਹੀ ਵਧੀ ਜਾਂਦਾ ਜੀ ਹੁਣ। ਅਤੇ ਇਸ ਜਿਹੜਾ 34 ਵਾਲਾ ਦੱਸਿਆ ਤੁਸੀਂ, ਸਵੇਰੇ ਕਿੰਨੇ ਕੁ ਘੰਟੇ ਦਰਮਿਆਨ ਜਿਹੜਾ ਹੈਗਾ ਪਾਣੀ ਦਾ ਪੱਧਰ ਹੁਣ ਜਿਹੜਾ ਇੰਨਾ ਵੱਧ ਚੁੱਕਾ? ਇਹ ਤਾਂ ਆਪਣਾ ਜਿਹੜਾ ਵਾਧਾ ਹੋਣ ਲੱਗਾ ਇਹ ਤਾਂ ਦੂਜੇ ਟਾਈਮ ਦੁਪਹਿਰ ਤੋਂ ਬਾਅਦ ਹੋਣ ਲੱਗਾ ਜੀ, ਮਾੜਾ ਮਾੜਾ ਦੁਪਹਿਰ ਤੋਂ ਬਾਅਦ। ਹਾਂਜੀ ਹਾਂਜੀ, ਇਸ ਤੋਂ ਤਾਂ ਪਹਿਲਾਂ ਆਪਣਾ ਪਾਣੀ ਉਹ ਹੀ ਚੱਲੀ ਜਾਂਦਾ ਸੀ ਨੋਰਮਲੀ 34-20-30 ਜਾਂ 40-50 ਕਹਿ ਕੁਛ ਵੀ, ਹੁਣ ਜਿਹੜਾ ਉਹ ਵਾਧਾ ਹੋ ਜਾਂਦਾ ਹੌਲੀ ਹੌਲੀ। ਪਹਿਲਾਂ ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਉਦੋਂ ਵੀ ਇੱਕਦਮ ਪਾਣੀ ਇੱਦਾਂ ਕਹਿ ਸਕਦੇ ਹਾਂ ਕਿ ਮਾਤਰਾ ਵਧੀ ਸੀਗੀ ਦਰਿਆ ਦੇ ਵਿੱਚ, ਅਤੇ ਹੁਣ ਜਿਹੜਾ ਫੈਲਾਅ ਹੈਗਾ ਉਹ ਵੀ ਵਧਿਆ ਹੋਇਆ ਦਿਖਾਈ ਦੇ ਰਿਹਾ ਇੱਥੇ। ਹਾਂਜੀ ਹਾਂਜੀ, ਇਹ ਤਾਂ ਹੁਣ ਦੇਖੋ ਕੁਦਰਤ ਦੇ ਹੀ ਰੰਗ ਨਾ, ਕੀ ਪਤਾ ਹੁਣ ਕਿੰਨਾ ਵਧੂ ਘਟੂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ, ਮੁੱਕ ਦੀ ਰਿਪੋਰਟ ਨਾਲ ਹੀ ਪਤਾ ਲੱਗੂ ਸਾਨੂੰ ਵੀ ਕਿੱਦਾਂ ਕੀ ਸਿਸਟਮ ਹੋਊਗਾ। ਪਾਣੀ ਦੀ ਜੇਕਰ ਗੱਲ ਕਰੀਏ, ਬਰਸਾਤੀ ਪਾਣੀ ਤੋਂ ਇਲਾਵਾ ਜਿਹੜਾ ਮਲਬਾ ਹੈਗਾ ਉਹ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਦਿਖਾਈ ਦੇ ਰਿਹਾ ਹੈਗਾ, ਕੀ ਲੱਗਦਾ ਹੈ? ਹਾਂਜੀ ਹਾਂਜੀ, ਇਹ ਜਿੱਦਾਂ ਜਿੱਦਾਂ ਪਾਣੀ ਵਧੀ ਜਾਂਦਾ ਜੀ ਉਸੇ ਤਰ੍ਹਾਂ ਜਿਹੜਾ ਸਾਡਾ ਜੋ ਜਿਹੜਾ ਕਹਿ ਲੈ ਪਾਵੇ ਕੂੜਾ ਕਬਾੜਾ ਮਾੜਾ ਮੋਟਾ ਹੁੰਦਾ ਉਹ ਵਿੱਚ ਪਾਣੀ ਦੇ ਵਿੱਚ ਰੁੜਿਆ ਹੁੰਦਾ ਜੀ, ਅਤੇ ਉਹ ਕੁਦਰਤੀ ਫਿਰ ਪਾਣੀ ਦੀ ਅਪ ਸਾਈਡ ਸਾਨੂੰ ਦਿਖਾਈ ਦਿੰਦੀ ਹੈ ਕਿ ਮਤਲਬ ਪਾਣੀ ਵੱਧ ਰਿਹਾ। ਪ੍ਰਸ਼ਾਸਨ ਜਿਹੜਾ ਹੈਗਾ ਰਾਬਤਾ ਕਰ ਰਿਹਾ ਇੱਥੇ ਪਹੁੰਚ ਰਹੇ? ਹਾਂ, ਚਲੋ ਹਰ ਡਿਪਾਰਟਮੈਂਟ ਆਪਣੀ ਆਪਣੀ ਰਿਪੋਰਟ ਟਾਈਮਲੀ ਹੀ ਲੈ ਰਹੇ ਸਾਡੇ ਕੋਲੋਂ ਵੀ ਕਿੱਦਾਂ ਕੀ ਸਿਸਟਮ ਹੈ, ਤਾਂ ਹਰ ਬੰਦੇ ਨੂੰ ਆਪਾਂ ਪਿਆਰ ਨਾਲ ਹੀ ਡੀਲ ਕਰਦੇ ਹਾਂ ਵੀ ਇੰਨੀ ਵਜੇ ਇੰਨੀ ਰਿਪੋਰਟ ਸੀ, ਇੰਨੇ ਵਜੇ ਇੰਨੀ ਰਿਪੋਰਟ ਆ, ਜਿੰਨੀ ਗੇ ਚੱਲਦੀ ਆ ਉਹਨਾਂ ਦੇ ਸ਼ਹਿਰ ਚੱਲਦਾ, ਹਰ ਬੰਦੇ ਨੂੰ ਆਪਾਂ ਪਿਆਰ ਨਾਲ ਹੀ ਡੀਲ ਕਰੀਦਾ। ਯੈਲੋ ਅਲਰਟ ਜਿਹੜਾ ਹੈਗਾ ਕਿੰਨੀ ਗੇਜ ਦੇ ਉੱਤੇ? ਯੈਲੋ ਅਲਰਟ ਆਪਣਾ ਹੈਗਾ 740.00 ਦੇ। ਡਿਸਚਾਰਜ ਕਿੰਨਾ ਹੈਗਾ ਜੀ ਉੱਥੇ? ਡਿਸਚਾਰਜ ਬਣ ਜੂਗਾ 1,05,486 ਕਿਊਸਕ, ਪਰ ਯੈਲੋ ਨਾਲ ਤੋਂ ਚਲੋ ਹਜੇ ਤੱਕ ਥੋੜ੍ਹਾ ਬਹੁਤ ਹੀ ਡਾਊਨ ਚੱਲਦਾ, ਯੈਲੋ ਤੋਂ ਡਾਊਨ ਹੀ ਹੈ ਮਤਲਬ। 36-20 ਜਿਹੜਾ ਹੈਗਾ ਉਹ ਵੀ ਹੁਣ ਹੌਲੀ ਹੌਲੀ ਵਾਧਾ ਹੋਇਆ, ਜਿਵੇਂ ਹੁਣ ਗੇਜ ਅਸੀਂ ਦੇਖ ਰਹੇ ਸੀਗੇ ਤਾਂ ਉਹ ਵੀ ਵੱਧਦਾ ਜਾ ਰਿਹਾ। ਹਾਂ, ਵੱਧਦਾ ਜਾ ਰਿਹਾ ਉਹ, ਇਹ 36-20 ਦੇ ਬਜਾਏ ਹੁਣ 7 ਵਾਲੀ ਰਿਪੋਰਟ ਆਪਾਂ ਪਾਉਣੀ ਹੈ, ਤਾਂ ਹੋ ਸਕਦਾ ਕਿ 7 ਵਜੇ ਨੂੰ
3620 ਦੇ 736.20 ਦੇ ਬਜਾਏ ਹੋ ਸਕਦਾ ਉਹ 736.50 ਤੱਕ ਹੀ ਜਾ ਸਕਦੀ ਹੈ। ਉੱਥੇ ਕਿੰਨਾ ਡਿਸਚਾਰਜ ਹੈਗਾ ਜੀ ਬਾਕੀ? ਇਹ ਡਿਸਚਾਰਜ ਦੀ ਹੁਣ ਦੇਖਣੇ ਪੈਣਾ, ਇੰਨਾ ਤਾਂ ਸਾਨੂੰ ਨਹੀਂ ਕਿਉਂਕਿ ਹਰ ਪੁਆਇੰਟ ਥੋੜਾ ਜਿਹਾ 10,000 ਕਿਉਂਕਿ ਵੱਧਦਾ ਹੋਊਗਾ। 5-7 ਹਜ਼ਾਰ ਕਰਨਾ ਪਵੇ, 5-7 ਹਜ਼ਾਰ ਜਿੱਦਾਂ ਹੁਣ ਹੁਣ 30,000 ਕੋਈਗਾ ਤਾਂ 45,000 ਜਾਂ 46 ਕਰੀ ਆਪਾਂ, ਇੰਨਾ ਕੁ ਡਿਸਚਾਰਜ ਜਿਹੜਾ ਆਈਡੀਆ ਨਾਲ ਕਹਿ ਸਕਦੇ ਆਪਾਂ। ਠੀਕ ਹੈ, ਧੰਨਵਾਦ। ਤਾਂ ਇਹ ਤਸਵੀਰਾਂ ਨੇ ਬਿਆਸ ਦਰਿਆ ਦੀਆਂ, ਇਸ ਦੇ ਨਾਲ ਹੀ ਸਪਸ਼ਟ ਕਰਦੀ ਹੈ ਕਿ ਇਹ ਤਰਫ ਜਿਹੜੀ ਹੈਗੀ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਅਧੀਨ ਇਹ ਇਲਾਕਾ ਆਉਂਦਾ ਹੈਗਾ ਜਿੱਥੇ ਕਿ ਪਾਣੀ ਦਾ ਤੁਸੀਂ ਦੇਖ ਸਕਦੇ ਹੋ ਵਹਾਅ। ਔਰ ਇਸ ਦੇ ਨਾਲ ਹੀ ਦੂਸਰੀ ਤਰਫ ਦੀ ਵੀ ਜੇਕਰ ਗੱਲ ਕਰਾਂ ਤਾਂ ਉਸ ਤਰਫ ਕਪੂਰਥਲਾ ਖੇਤਰ ਪੈਂਦਾ, ਔਰ ਕਪੂਰਥਲਾ ਖੇਤਰ ਦੇ ਵਿੱਚ ਵੀ ਜਿਹੜਾ ਮੰਡ ਏਰੀਆ ਜਿਹੜਾ ਹੈਗਾ ਹੈ ਉੱਥੇ ਜ਼ਿਆਦਾਤਰ ਜਿਹੜਾ ਸੀਗਾ ਪਾਣੀ ਦਾ ਪਹਿਲਾਂ ਵੀ ਜਿਹੜਾ ਹੈਗਾ ਨੁਕਸਾਨ ਜਿਹੜਾ ਸੀਗਾ ਉਸ ਖੇਤਰ ਨੂੰ ਵੱਧ ਹੋਇਆ ਕਿਉਂਕਿ ਨਿਵਾਣ ਖੇਤਰ ਹੈਗਾ, ਔਰ ਨਿਵਾਣ ਖੇਤਰ ਦੇ ਚੱਲਦੇ ਹੋਏ ਉੱਧਰ ਜਿਹੜਾ ਹੈਗਾ ਪਾਣੀ ਵਧੇਰੇ ਮਾਰ ਕਰਦਾ। ਜਦੋਂ ਬਿਆਸ ਦਰਿਆ ਦਾ ਪਾਣੀ ਇਸ ਜਗ੍ਹਾ ਦੇ ਉੱਤੇ ਵੱਧਦਾ ਹੈ ਜਿਸ ਜਗ੍ਹਾ ਤੇ ਅਸੀਂ ਇਸ ਸਮੇਂ ਮੌਜੂਦ ਹੈਗੇ ਹਾਂ, ਤਾਂ ਇਸ ਤਰਫ ਪਾਣੀ ਦੀ ਮਾਰ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਵਧੇਰੇ ਹੁੰਦੀ ਆ, ਔਰ ਕਾਫੀ ਤਰ ਫਸਲਾਂ ਤੋਂ ਲੈ ਕੇ ਕਹਿ ਸਕਦੇ ਹਾਂ ਕਿ ਘਰਾਂ ਦਾ ਵੀ ਜਿਹੜਾ ਹੈਗਾ ਨੁਕਸਾਨ ਹੋਇਆ ਸੀਗਾ ਪਿਛਲੀ ਵਾਰ ਦੀ ਜੇਕਰ ਗੱਲ ਕਰੀਏ ਤਾਂ। ਹੁਣ ਇੱਕਦਮ ਜਿਵੇਂ ਪਾਣੀ ਦਾ ਪੱਧਰ ਵਧਿਆ ਹੈਗਾ ਤਾਂ ਉਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਬਕਾਇਦਾ ਅਲਰਟ ਜਾਰੀ ਕੀਤਾ ਗਿਆ, ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਦਰਿਆ ਦੇ ਕੰਢੇ ਕਿਤੇ ਵੀ ਲੋਕ ਨਾ ਆਉਣ। ਉਸ ਨੂੰ ਲੈ ਕੇ ਹੁਣ ਦੀ ਜੋ ਜਾਣਕਾਰੀ ਹੈਗੀ ਆ ਨਿਊਜ਼ 18 ਦੇ ਉੱਤੇ ਪਹਿਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਕਿ ਬਿਆਸ ਦਰਿਆ ਦੇ ਵਿੱਚ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਪਾਣੀ ਦਾ ਪੱਧਰ ਤੇਜ਼ੀ ਦੇ ਨਾਲ ਵੱਧ ਰਿਹਾ ਹੈ, ਔਰ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਦਰਿਆ ਦੇ ਕੰਢੇ ਫਿਲਹਾਲ ਨਾ ਜਾਣ। ਔਰ ਇਸ ਸੰਬੰਧੀ ਅਗਲੀ ਜਿਹੜੀ ਅਪਡੇਟ ਹੈਗੀ ਉਹ ਵੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ। ਨਿਊਜ਼ 18 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ, ਬਿਆਸ।